ਮੈਨੂੰ 4-5 ਦਿਨ ਪਹਿਲਾਂ ਇਹਨਾਂ ਨੇ ਸਪੇਨ ਤੋਂ ਧੋਖੇ ਨਾਲ ਲਿਆ ਇਹਨੇ ਨਾਲ, ਅੱਛਾ ਤੇ ਨਾਲ ਹੀ ਆਉਂਦੇ ਹੋਏ ਇਹਨਾਂ ਨੇ ਆਪਣੀ ਮਾਸੀ ਨੂੰ ਮੇਰਾ ਪਾਸਪੋਰਟ, ਮੇਰੀ ਰੈਜ਼ੀਡੈਂਸੀ ਦੇ ਦਿੱਤੀ ਧੋਖੇ ਨਾਲ, ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ, ਅੱਜ ਆਪਣੇ ਮਾਪਿਓ ਬੁਲਾਏ ਨੇ ਅਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੁਣ, ਹੈ ਨਾ। ਅਤੇ ਉੱਤੋਂ ਦੀ ਮੈਨੂੰ ਕਹਿੰਦੇ ਨੇ ਸਾਨੂੰ ਤਲਾਕ ਦਿਓ, ਅਤੇ ਮੈਂ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ, ਇਹਦੇ ਮਾਪੇ ਜਾਣ ਬੁੱਝ ਕੇ ਸਾਡੇ ਤੋਂ ਤਲਾਕ ਦਵਾਉਣਾ ਚਾਹੁੰਦੇ ਨੇ ਹੁਣ, ਜਾਣ ਬੁੱਝ ਕੇ। ਬਾਹਰ ਵੀ ਸਪੇਨ ਵੀ ਇਹਨਾਂ ਨੇ ਮੇਰੇ ਨਾਲ ਕਈ ਵਾਰੀ ਮਾਰਕੁੱਟ ਕੀਤੀ ਆ, ਈਵਨ ਦੋ 5 ਨੰਬਰ ਅਸੀਂ ਇੱਕ ਬਿਲਡਿੰਗ 'ਚ ਰਹਿੰਦੇ ਹਾਂ, 5ਵੇਂ ਮਾਲੇ 'ਤੇ, 5ਵੇਂ ਮਾਲੇ 'ਤੇ ਜਿਹੜੇ ਲੋਕ ਹੈਗੇ ਉਹਨਾਂ ਮੈਨੂੰ ਲੈ ਕੇ ਵੀ ਗਏ ਸੀ, ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ, ਉਹਨਾਂ ਨੇ ਉਦੋਂ ਕਿਹਾ ਸੀ ਉਹ ਪੁਲਿਸ ਕੰਪਲੇਂਟ ਕਰ, ਹਾਂਜੀ ਇੰਦਰ ਕੁਮਾਰ ਵਧਾਵਨ ਕੁਮਾਰ, ਹਾਂਜੀ। ਅਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੇਰੇ ਨਾਲ ਇੱਦਾਂ ਕਰਨੀ ਕਿ ਮੇਰਾ ਸਾਰਾ ਕੁਛ ਲੈ ਕੇ ਆਪ ਦੌੜ ਜਾਣਾ ਵਾ, ਮੇਰਾ ਪਾਸਪੋਰਟ, ਮੇਰੀ ਰੈਜ਼ੀਡੈਂਸੀ ਲੈ ਕੇ ਦੌੜ ਗਏ ਨੇ। ਅਨੁਰਾਧਾ, ਇੰਦਰ ਕੁਮਾਰ ਵਧਾਵਨ ਕੁਮਾਰ, ਹਾਂਜੀ ਮੇਰੇ ਸਹੁਰਿਆਂ ਦਾ ਘਰ ਹੈ, ਹਾਂਜੀ ਹਾਂਜੀ। ਨਹੀਂ ਉਹ ਵੀ ਸਪੇਨ ਹੀ ਰਹਿੰਦੇ ਨੇ, ਹਾਂਜੀ ਸਾਰੇ ਮੇਰੀ ਨਨਾਨ ਸਾਰਾ ਇਕੱਠੇ ਰਹਿੰਦੇ ਨੇ ਉੱਥੇ, ਨਨਾਨ ਨੇ ਵੀ ਮੈਨੂੰ ਇੱਕ ਅੱਧੀ ਵਾਰੀ ਮਾਰਕੁੱਟ ਕੀਤੀ ਆ। ਮੈਂ ਤੁਹਾਨੂੰ ਦੱਸ ਰਹੀ ਕਿ ਉਹ 5ਵੇਂ ਮਾਲੇ ਵਾਲੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰਦੇ ਨੇ ਜੇ ਤੂੰ ਚਾਹੁੰਦੀ ਜੇ ਤੂੰ ਚਾਹੁੰਦੀ ਕਿ, ਕਿਉਂਕਿ ਉਦੋਂ ਮੇਰੇ ਕੋਲ ਕੋਈ ਕਾਗਜ਼ ਨਹੀਂ ਸੀਗੇ, ਇਹਨਾਂ ਨੇ ਮੈਨੂੰ ਧਮਕੀ ਦਿੱਤੀ ਜੇ ਤੈਨੂੰ ਆਪਾਂ ਤੂੰ ਇੱਦਾਂ ਕੁਛ ਕਰੇਂਗੀ ਤਾਂ ਪਤਾ ਤੇਰੇ ਕਾਗਜ਼ ਕੁਗਜ਼ ਕੁਛ ਵੀ ਨਹੀਂ ਤੈਨੂੰ ਦਵਾਉਣੇ, ਉਦੋਂ ਵੀ ਇਹਨਾਂ ਨੇ ਇੱਦਾਂ ਹੀ ਮੇਰੇ ਨਾਲ ਕੀਤਾ ਸੀਗਾ। ਮੈਂ ਉਹਦਾ ਉਹ 5ਵੇਂ ਮਾਲੇ ਵਾਲੇ ਨੂੰ ਪਤਾ, ਉਹ ਉੱਦਾਂ ਸਪੈਨਿਸ਼ ਬੋਲਦੇ ਆ, ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ, ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉੱਦਾਂ ਹੈਲਪ ਕਰ ਦਿੰਦੇ ਹਾਂ, ਪਰ ਇੰਦਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦੇ ਕਿ ਨਹੀਂ ਅਸੀਂ ਮਤਲਬ ਜਾਣ ਬੁੱਝ ਕੇ ਮੇਰੇ ਨਾਲ ਇੱਦਾਂ ਕਰਦੇ ਪਏ ਸੀ ਕਿ ਪੇਪਰ ਪੂਪਰ ਲੈ ਲਓ, ਕਿ ਫਿਰ ਇਹਨਾਂ ਨੇ ਮੇਰੇ ਨਾਲ ਬਿਠਾ ਲਿਆ, ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੋਂ ਹੁਣ ਦੁਬਾਰਾ ਇੱਦਾਂ ਕਰਦੇ ਪਏ ਨੇ। ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ, ਮੈਂ ਕਿਹਾ ਚਲੋ ਕੀ ਹੈ ਵੀ, ਮੈਂ ਤਾਂ ਆਪਣਾ ਘਰ ਬਸਾਨ ਕਰਕੇ ਨਹੀਂ ਕੀਤੀ ਸੀ, ਪਰ ਇਹਨਾਂ ਨੇ ਮੇਰੇ ਨਾਲ ਫਿਰ ਇੱਦਾਂ ਕੀਤੀ ਇੱਥੇ ਆ ਕੇ ਵੀ। ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ? 2 ਸਾਲ ਹੋ ਚੁੱਕੇ। ਬੱਚਾ ਵੀ ਤੁਹਾਡੇ? ਨਹੀਂ ਹਲੇ ਬੱਚਾ ਨਹੀਂ ਹੈਗਾ, ਬੱਚੇ ਕਰਕੇ ਵੀ ਬੜਾ ਟੌਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ। ਉੱਥੇ ਦੇ ਕਾਨੂੰਨ ਏਦਾਂ ਦੇ, ਜੇ ਆਪਾਂ ਉੱਥੇ ਕੰਪਲੇਂਟ ਪਹਿਲਾਂ ਪਾਉਂਦੇ ਤੇ ਮੇਰੀ ਸੁਣੀ ਨਹੀਂ ਜਾਣੀ ਸੀ, ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ, ਪਾਸਪੋਰਟ ਹੈਗਾ ਮੇਰੀ, ਹਾਂਜੀ ਉੱਥੇ ਆਪਾਂ ਗੱਲ, ਹਾਂਜੀ ਮੇਰੇ ਕੋਲ ਉਦੋਂ ਨਹੀਂ ਸੀਗੀ, ਉਸ ਟਾਈਮ ਨਹੀਂ ਸੀਗੀ, ਹੁਣ ਆਈ ਆ, ਹਾਂਜੀ। ਹਾਂਜੀ ਇੰਡੀਆ ਤੋਂ ਧੋਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ, ਤੇ ਮੈਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ, ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ, ਹਾਂਜੀ ਕਹਿੰਦੇ 10-15 ਦਿਨ ਜਾਂਦੇ ਹਾਂ ਘੁੰਮਣ ਤੇ ਫਿਰ ਆ ਜਾਵਾਂਗੇ, ਹਾਂਜੀ। ਤੇ ਫਿਰ ਇੱਥੇ ਲੈ ਕੇ ਆਏ ਨੇ, ਅੱਜ ਇਹਨਾਂ ਦੇ ਮਾਪਿਓ ਆਏ ਨੇ, ਤੇ ਅੱਜ ਇਹਨਾਂ ਦੇ ਮਾਪਿਓ ਆਏ, ਆਪਾਂ ਕਹਿੰਦੇ ਤਲਾਕ ਦੇਣਾ, ਠੀਕ ਆ, ਤੇ ਨਾਲੇ ਇੱਦਾਂ ਕਰਦੇ ਪਏ ਨੇ, ਹੁਣ ਚਲੇ ਗਏ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈਜ਼ੀਡੈਂਸੀ ਲੈ ਕੇ, ਹਾਂਜੀ। ਹਾਂਜੀ ਇਹਨਾਂ ਨੇ ਮੈਨੂੰ ਬੱਚਿਆਂ ਤੋਂ ਵੀ ਬਹੁਤ ਟੌਰਚਰ ਕੀਤਾ, ਹਾਂ ਤੇਰੇ ਬੱਚਾ ਕਿਉਂ ਨਹੀਂ ਹੁੰਦਾ, ਮੇਰਾ ਸਹੁਰਾ ਮੈਨੂੰ ਬੜਾ ਟੌਰਚਰ ਕਰਦਾ, ਕਹਿੰਦਾ ਹਾਂ ਜੇ ਮਤਲਬ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ, ਇਹ ਗੱਲ ਮੇਰੇ ਸਹੁਰਾ, ਉਹੀ ਮੈਂ ਕਹਿ ਰਹੀ ਹਾਂ ਕਿ ਇਹ ਵਰਡ ਸਹੁਰਾ ਸਾਹਿਬ ਦੇ, ਗਾਲੀਆਂ ਇੱਕ ਦਿੱਤੀ ਸਰ ਤੁਸੀਂ ਮੰਨੋਗੇ, ਇੱਕ ਚੀਜ਼ ਨਹੀਂ ਗਈ ਉਹਨਾਂ ਨੇ, ਮੈਂ ਤਾਂ ਤੁਸੀਂ ਮੈਨੂੰ ਅਸੀਂ ਮੈਂ ਇੱਕ ਚੀਜ਼ ਦੱਸੀ ਤੁਹਾਨੂੰ ਕਿੰਨਾ ਬੁਰਾ ਲੱਗਾ, ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ ਇੰਦਰ ਸਾਰੇ ਕੋਲ ਬੈਠੇ ਹੋਗੇ, ਤੁਸੀਂ ਮੰਨੋਗੇ ਇਹਨਾਂ ਨੇ ਮੈਨੂੰ ਕੀ ਕੀ ਗੱਲਾਂ ਕਹੀਆਂ ਗਈਆਂ ਵਾ। ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡਾ ਕੀ ਹੋਇਆ? ਅੱਜ ਇਹ ਆਏ ਨੇ, ਪਹਿਲਾਂ ਤੇ ਮੇਰਾ ਭਾਵ ਮੈਂ ਕਿਹਾ ਜੇ ਤੁਸੀਂ ਆਏ ਤੁਸੀਂ ਅਸੀਂ ਗੱਲ ਕਰਨ ਆਏ ਹੋ, ਤੁਸੀਂ ਇਕੱਲੇ ਕਿਉਂ ਨਹੀਂ ਆਏ, 15-20 ਬੰਦੇ ਕਿਉਂ ਲੈ ਕੇ ਆਏ ਹੋ, ਕਿਉਂ ਲੈ ਕੇ ਆਏ ਹੋ ਬੰਦੇ? ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ, ਨਾਲ ਗੱਡੀ 'ਚ ਬਦਮਾਸ਼ ਬਿਠਾਏ ਹੋਏ ਸੀਗੇ, ਕਿਉਂ ਬਿਠਾਏ ਸੀ ਪਹਿਲਾਂ ਦੱਸੋ? ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ, ਅਸੀਂ 2 ਬੰਦੇ ਬਾਹਰ ਖੜੇ ਕੀਤੇ, ਅਸੀਂ ਬਦਮਾਸ 2 ਗੱਡੀ 'ਚ ਬੈਠੇ ਸੀਗੇ, ਤੇ ਜੁਲਾ ਆਪਣਾ ਸਮਾਨ ਇਹਨਾਂ ਨੇ ਕੁਛ ਨਹੀਂ ਕੱਢਿਆ, ਇੱਦਾਂ ਹੀ ਚਲੇ ਗਏ ਨੇ, ਇੱਦਾਂ ਹੀ ਆਏ ਉੱਥੇ ਬੈਠੇ ਚਲੇ ਗਏ ਨੇ। ਤੇ ਕੁੜੀ ਵਾਲਾ ਉਧਰੋਂ ਸਪੇਨ ਤੋਂ ਭੇਜੀ, ਮਾਸੀ ਦਾ ਕੀ ਨਾਮ? ਅੰਜੂ।
ਸ਼ਿਕਾਇਤ ਦਿੱਤੀ ਆਪਣੇ ਕੀ ਨਾ ਆਪਣਾ ਅਨੁਰਾਧਾ ਨੇ ਆਪਣੇ ਪਤੀ ਦੇ ਖਿਲਾਫ਼ ਵੀ ਮੈਂ ਸਪੇਨ ਤੋਂ ਬੁਲਾ ਕੇ ਮੈਂ ਧੋਖਾ ਕੀਤਾ ਵਾ ਤੇ ਪਾਸਪੋਰਟ ਤੇ ਹੋਰ ਜਿਹੜੇ ਪਰੂਫ ਆ ਉਹਨੇ ਆਪਣੀ ਮਾਸੀ ਨੂੰ ਦੇ ਦਿੱਤੇ ਆ ਤੇ ਹੁਣ ਹੁਣ ਉਹ ਜਿਹੜੇ ਵਾਪਸ ਸਪੇਨ ਜਾ ਰਹੇ ਇਹੀ ਗੱਲ ਭੱਜ ਗਏ ਨੇ ਬੇਟਾ ਕੋਈ ਗੱਲ ਨੀ ਇੱਕ ਮਿੰਟ ਤੁਸੀਂ ਹੌਸਲਾ ਥੋੜਾ ਰੱਖੋ ਨਾ ਤੁਸੀਂ ਦੋ ਮਿੰਟ ਹੌਸਲਾ ਤਾਂ ਰੱਖੋ ਬੇਟਾ ਹੌਸਲਾ ਰੱਖੋ ਕੰਪਲੇਂਟ ਤੂੰ ਲਿਖੀ ਆ ਇਹ ਪਤਾ ਕੀ ਜਿਹੜੀ ਕੰਪਲੇਂਟ ਪਾੜੀ ਨੀ ਹੁੰਦੀ ਗਾਹ ਕੀ ਕਰਾਂਗੇ ਆਪਾਂ ਹੋਰ ਮਹਾਰਾਜ ਇੱਕ ਮਿੰਟ ਮਾੜਾ ਜਿਹਾ ਮੈਨੂੰ ਦੁਬਾਰਾ ਕੰਪਲੇਂਟ ਦੇਖ ਲੈਂਦੇ ਹੋ ਮੈਨੂੰ ਮੈਂ ਫਿਰ ਤੁਹਾਡੇ ਨਾਲ ਗੱਲ ਕਰਦਾ ਕੋਈ ਗੱਲ ਨੀ ਜਾਣਕਾਰੀ ਹੈ ਵੀ ਇਹ ਲੜਕੀ ਜਿਹੜੀ ਆ ਆਪਣੇ ਪ੍ਰੀਤਨਗਰ ਦੀ ਰਹਿਣ ਵਾਲੀ ਆ ਇਹ ਪ੍ਰੀਤਨਗਰ ਦੀ ਰਹਿਣ ਵਾਲੀ ਆ ਤੇ ਇੱਥੇ ਪਾਸਪੋਰਟ ਸਟੇਟ ਪਈ ਆ ਤੇ ਇਹਦੇ ਪਤੀ ਨੇ ਤੈਨੂੰ ਸਪੇਨ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਅੱਛਾ ਸਪੇਨ ਬੁਲਾ ਕੇ ਫਿਰ ਧੋਖੇ ਨਾਲ ਇੱਥੇ ਲੈ ਕੇ ਆਏ ਆ ਤੇ ਹੁਣ ਤੁਹਾਡਾ ਸਾ ਪਾਸਪੋਰਟ ਤੇ ਸਾਰਾ ਕੁਛ ਜਿਹੜਾ ਉਹਨਾਂ ਨੇ ਆਪਣੇ ਰੱਖ ਕੋਲ ਰੱਖ ਲਿਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਆਹੋ ਬਸ ਲੜਕੀ ਨੇ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ਹਾਂਜੀ ਸਪੇਨ ਤੋਂ ਤੇ ਹੁਣ ਆਪ ਉਹ ਇੱਥੋਂ ਛੱਡ ਕੇ ਸਾਰੇ ਚਲੇ ਗਏ ਸਪੇਨ ਸਪੇਨ ਰਹਿੰਦੇ ਹਾਂਜੀ ਦੇਖੋ ਜੋ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਠੀਕ ਹੈ ਨਾ ਜੀ ਸਾਡੇ ਕੋਲ ਆਏ ਆ ਦੇਖੋ ਪੁਲਿਸ ਦੇ ਕੋਲੋਂ ਤਾਂ ਹੀ ਆਉਂਦਾ ਜਦੋਂ ਕੋਈ ਦੁਖੀ ਹੁੰਦਾ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ਼ ਦਿੱਤਾ ਤਾਂ ਫਿਰ ਕੌਣ ਦਊਗਾ ਜੀ।